ਸਵੇਰੇ ਮੋਰਨਿੰਗ 6 ਵਜੇ ਦੇ ਕਰੀਬ ਜੀ ਸਾਡੇ ਗੁਰਦਾਸਪੁਰ ਦੀ ਡਰਾਈਵਰ ਫੋਰਸ ਲੈ ਕੇ ਜਲੰਧਰ ਤੋਂ TAP ਤੋਂ ਲੈ ਕੇ ਆ ਰਿਹਾ ਸੀਗਾ ਜੀ। ਉਹ ਅਚਾਨਕ ਇੱਥੇ ਟਰਾਲਾ ਖੜ੍ਹਾ ਸੀਗਾ ਰੋਡ 'ਤੇ, ਉਹਦੇ ਵਿੱਚ ਵੱਜ ਗਈ ਆ। ਉਹ ਵੱਜਣ ਕਾਰਨ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ, ਇੱਕ ਨਾਲ ਲੇਡੀ ਕੰਸਟੇਬਲ ਸੀ ਉਹਦੀ ਡੈਥ ਹੋਈ ਆ ਜੀ, ਇੱਕ ਮੁਲਾਜ਼ਮ ਹੋਰ ਅਜੇ ਦੀ ਡੈਥ ਹੋਈ ਆ, ਅਤੇ 3-4 ਮੁਲਾਜ਼ਮ ਇੰਜਰਡ ਹੋਏ ਆ ਜੀ। ਉਹਨਾਂ ਨੂੰ ਫਸਟ ਏਡ ਦੇ ਕੇ ਹੋਸਪਿਟਲ ਭੇਜਿਆ ਜੀ, ਉੱਥੋਂ ਕੁਛ ਰੈਫਰ ਕੀਤੇ 2 ਜੀ ਜਲੰਧਰ ਨੂੰ, ਅਤੇ ਬਾਕੀ DSP ਸਾਹਿਬ ਆ ਸਾਡੇ ਵਿਰਕ ਸਾਹਿਬ ਮੌਕੇ 'ਤੇ ਜੀ, ਉੱਥੇ ਉਹ ਕਰ ਰਹੇ ਆ ਜੀ। ਅਜੇ ਫਿਲਹਾਲ ਕੋਈ ਕਾਰਨਾਂ ਦਾ ਪਤਾ ਨਹੀਂ ਗਾ ਜੀ ਕਿਵੇਂ ਹੋਇਆ ਜੀ, ਉਹ ਬਾਕੀ ਸਾਰੀ ਜਾਣਕਾਰੀ ਦੇਖਦੇ ਹਾਂ ਜੀ, ਉਸ ਤੋਂ ਬਾਅਦ ਦੇਵਾਂਗੇ। ਮੁਲਾਜ਼ਮਾਂ ਦੀ ਜਿਹੜੀ ਬੱਸ ਆ ਜੀ, ਇਹ ਜਲੰਧਰ ਤੋਂ PAP ਸੈਂਟਰ ਤੋਂ ਲੈ ਕੇ ਇਹ ਆਪਣੇ ਗੁਰਦਾਸਪੁਰ ਨੂੰ ਜਾ ਰਹੇ ਸੀਗੇ ਜੀ। ਕਿੰਨੇ ਜਾਣੇ ਸੀਗੇ ਜੀ? ਮੁਲਾਜ਼ਮ ਸੀਗੇ ਜੀ 15-20 ਜਾਣੇ ਸੀਗੇ ਜੀ। ਸਵੇਰੇ ਮੋਰਨਿੰਗ 6 ਵਜੇ ਦੇ ਕਰੀਬ ਜੀ ਸਾਡੇ ਗੁਰਦਾਸਪੁਰ ਦੀ ਡਰਾਈਵਰ ਫੋਰਸ ਲੈ ਕੇ ਜਲੰਧਰ ਤੋਂ TAP ਤੋਂ ਲੈ ਕੇ ਆ ਰਿਹਾ ਸੀਗਾ ਜੀ। ਉਹ ਅਚਾਨਕ ਇੱਥੇ ਟਰਾਲਾ ਖੜ੍ਹਾ ਸੀਗਾ ਰੋਡ 'ਤੇ, ਉਹਦੇ ਵਿੱਚ ਵੱਜ ਗਈ ਆ। ਉਹ ਵੱਜਣ ਕਾਰਨ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ, ਇੱਕ ਨਾਲ ਲੇਡੀ ਕੰਸਟੇਬਲ ਸੀ ਉਹਦੀ ਡੈਥ ਹੋਈ ਆ ਜੀ, ਇੱਕ ਮੁਲਾਜ਼ਮ ਹੋਰ ਅਜੇ ਦੀ ਡੈਥ ਹੋਈ ਆ, ਅਤੇ 3-4 ਮੁਲਾਜ਼ਮ ਇੰਜਰਡ ਹੋਏ ਆ ਜੀ। ਉਹਨਾਂ ਨੂੰ ਫਸਟ ਏਡ ਦੇ ਕੇ ਹੋਸਪਿਟਲ ਭੇਜਿਆ ਜੀ, ਉੱਥੋਂ ਕੁਛ ਰੈਫਰ ਕੀਤੇ 2 ਜੀ ਜਲੰਧਰ ਨੂੰ, ਅਤੇ ਬਾਕੀ DSP ਸਾਹਿਬ ਆ ਸਾਡੇ ਵਿਰਕ ਸਾਹਿਬ ਮੌਕੇ 'ਤੇ ਜੀ, ਉੱਥੇ ਉਹ ਕਰ ਰਹੇ ਆ ਜੀ। ਅਜੇ ਫਿਲਹਾਲ ਕੋਈ ਕਾਰਨਾਂ ਦਾ ਪਤਾ ਨਹੀਂ ਗਾ ਜੀ ਕਿਵੇਂ ਹੋਇਆ ਜੀ, ਉਹ ਬਾਕੀ ਸਾਰੀ ਜਾਣਕਾਰੀ ਦੇਖਦੇ ਹਾਂ ਜੀ, ਉਸ ਤੋਂ ਬਾਅਦ ਦੇਵਾਂਗੇ। ਮੁਲਾਜ਼ਮਾਂ ਦੀ ਜਿਹੜੀ ਬੱਸ ਆ ਜੀ, ਇਹ ਜਲੰਧਰ ਤੋਂ PAP ਸੈਂਟਰ ਤੋਂ ਲੈ ਕੇ ਇਹ ਆਪਣੇ ਗੁਰਦਾਸਪੁਰ ਨੂੰ ਜਾ ਰਹੇ ਸੀਗੇ ਜੀ। ਕਿੰਨੇ ਜਾਣੇ ਸੀਗੇ ਜੀ? ਮੁਲਾਜ਼ਮ ਸੀਗੇ ਜੀ 15-20 ਜਾਣੇ ਸੀਗੇ ਜੀ। ਸਵੇਰੇ ਮੋਰਨਿੰਗ 6 ਵਜੇ ਦੇ ਕਰੀਬ ਜੀ ਸਾਡੇ ਗੁਰਦਾਸਪੁਰ ਦੀ ਡਰਾਈਵਰ ਫੋਰਸ ਲੈ ਕੇ ਜਲੰਧਰ ਤੋਂ TAP ਤੋਂ ਲੈ ਕੇ ਆ ਰਿਹਾ ਸੀਗਾ ਜੀ। ਉਹ ਅਚਾਨਕ ਇੱਥੇ ਟਰਾਲਾ ਖੜ੍ਹਾ ਸੀਗਾ ਰੋਡ 'ਤੇ, ਉਹਦੇ ਵਿੱਚ ਵੱਜ ਗਈ ਆ। ਉਹ ਵੱਜਣ ਕਾਰਨ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ, ਇੱਕ ਨਾਲ ਲੇਡੀ ਕੰਸਟੇਬਲ ਸੀ ਉਹਦੀ ਡੈਥ ਹੋਈ ਆ ਜੀ, ਇੱਕ ਮੁਲਾਜ਼ਮ ਹੋਰ ਅਜੇ ਦੀ ਡੈਥ ਹੋਈ ਆ, ਅਤੇ 3-4 ਮੁਲਾਜ਼ਮ ਇੰਜਰਡ ਹੋਏ ਆ ਜੀ। ਉਹਨਾਂ ਨੂੰ ਫਸਟ ਏਡ ਦੇ ਕੇ ਹੋਸਪਿਟਲ ਭੇਜਿਆ ਜੀ, ਉੱਥੋਂ ਕੁਛ ਰੈਫਰ ਕੀਤੇ 2 ਜੀ ਜਲੰਧਰ ਨੂੰ, ਅਤੇ ਬਾਕੀ DSP ਸਾਹਿਬ ਆ ਸਾਡੇ ਵਿਰਕ ਸਾਹਿਬ ਮੌਕੇ 'ਤੇ ਜੀ, ਉੱਥੇ ਉਹ ਕਰ ਰਹੇ ਆ ਜੀ। ਅਜੇ ਫਿਲਹਾਲ ਕੋਈ ਕਾਰਨਾਂ ਦਾ ਪਤਾ ਨਹੀਂ ਗਾ ਜੀ ਕਿਵੇਂ ਹੋਇਆ ਜੀ, ਉਹ ਬਾਕੀ ਸਾਰੀ ਜਾਣਕਾਰੀ ਦੇਖਦੇ ਹਾਂ ਜੀ, ਉਸ ਤੋਂ ਬਾਅਦ ਦੇਵਾਂਗੇ। ਮੁਲਾਜ਼ਮਾਂ ਦੀ ਜਿਹੜੀ ਬੱਸ ਆ ਜੀ, ਇਹ ਜਲੰਧਰ ਤੋਂ PAP ਸੈਂਟਰ ਤੋਂ ਲੈ ਕੇ ਇਹ ਆਪਣੇ ਗੁਰਦਾਸਪੁਰ ਨੂੰ ਜਾ ਰਹੇ ਸੀਗੇ ਜੀ। ਕਿੰਨੇ ਜਾਣੇ ਸੀਗੇ ਜੀ? ਮੁਲਾਜ਼ਮ ਸੀਗੇ ਜੀ 15-20 ਜਾਣੇ ਸੀਗੇ ਜੀ। ਸਵੇਰੇ ਮੋਰਨਿੰਗ 6 ਵਜੇ ਦੇ ਕਰੀਬ ਜੀ ਸਾਡੇ ਗੁਰਦਾਸਪੁਰ ਦੀ ਡਰਾਈਵਰ ਫੋਰਸ ਲੈ ਕੇ ਜਲੰਧਰ ਤੋਂ TAP ਤੋਂ ਲੈ ਕੇ ਆ ਰਿਹਾ ਸੀਗਾ ਜੀ। ਉਹ ਅਚਾਨਕ ਇੱਥੇ ਟਰਾਲਾ ਖੜ੍ਹਾ ਸੀਗਾ ਰੋਡ 'ਤੇ, ਉਹਦੇ ਵਿੱਚ ਵੱਜ ਗਈ ਆ। ਉਹ ਵੱਜਣ ਕਾਰਨ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ, ਇੱਕ ਨਾਲ ਲੇਡੀ ਕੰਸਟੇਬਲ ਸੀ ਉਹਦੀ ਡੈਥ ਹੋਈ ਆ ਜੀ, ਇੱਕ ਮੁਲਾਜ਼ਮ ਹੋਰ ਅਜੇ ਦੀ ਡੈਥ ਹੋਈ ਆ, ਅਤੇ 3-4 ਮੁਲਾਜ਼ਮ ਇੰਜਰਡ ਹੋਏ ਆ ਜੀ। ਉਹਨਾਂ ਨੂੰ ਫਸਟ ਏਡ ਦੇ ਕੇ ਹੋਸਪਿਟਲ ਭੇਜਿਆ ਜੀ, ਉੱਥੋਂ ਕੁਛ ਰੈਫਰ ਕੀਤੇ 2 ਜੀ ਜਲੰਧਰ ਨੂੰ, ਅਤੇ ਬਾਕੀ DSP ਸਾਹਿਬ ਆ ਸਾਡੇ ਵਿਰਕ ਸਾਹਿਬ ਮੌਕੇ 'ਤੇ ਜੀ, ਉੱਥੇ ਉਹ ਕਰ ਰਹੇ ਆ ਜੀ। ਅਜੇ ਫਿਲਹਾਲ ਕੋਈ ਕਾਰਨਾਂ ਦਾ ਪਤਾ ਨਹੀਂ ਗਾ ਜੀ ਕਿਵੇਂ ਹੋਇਆ ਜੀ, ਉਹ ਬਾਕੀ ਸਾਰੀ ਜਾਣਕਾਰੀ ਦੇਖਦੇ ਹਾਂ ਜੀ, ਉਸ ਤੋਂ ਬਾਅਦ ਦੇਵਾਂਗੇ। ਮੁਲਾਜ਼ਮਾਂ ਦੀ ਜਿਹੜੀ ਬੱਸ ਆ ਜੀ, ਇਹ ਜਲੰਧਰ ਤੋਂ PAP ਸੈਂਟਰ ਤੋਂ ਲੈ ਕੇ ਇਹ ਆਪਣੇ ਗੁਰਦਾਸਪੁਰ ਨੂੰ ਜਾ ਰਹੇ ਸੀਗੇ ਜੀ। ਕਿੰਨੇ ਜਾਣੇ ਸੀਗੇ ਜੀ? ਮੁਲਾਜ਼ਮ ਸੀਗੇ ਜੀ 15-20 ਜਾਣੇ ਸੀਗੇ ਜੀ।